ਇਸ਼ਕ ਮਖਾਨਾ ਇਹ ਚੱਕਰ ਕੀ ਹੈ ਬਈ, ਬੜਾ ਕੈਚੀ ਜਿਹਾ ਨਾਮ ਰੱਖਦੇ ਆ ਰਾਈਟਰ ਵੀ ਅੱਜ ਕੱਲ੍ਹ। ਇਹ ਮੈਂ ਇਸ਼ਕ ਦਾ ਮਖਾਨਾ ਬਣਾਇਆ ਵੀ ਇਹ ਠੇਕੇ ਚੋਂ ਇਕੱਲਾ ਇਸ਼ਕ ਮਿਲੂ, ਹੋਰ ਕੁਝ ਨਹੀਂ ਮਿਲਣਾ। ਕੋਈ ਟੁੱਟਿਆ ਟੁੱਟਿਆ ਨਜ਼ਰ ਆ ਰਿਹਾ, ਨਹੀਂ ਕਿਸੇ ਕੋਈ ਆ ਕੇ ਜੁੜਿਆ, ਕਿਸੇ ਨੇ ਕੋਈ ਐਕਸਪੈਕਟੇਸ਼ਨਸ ਰੱਖੀਆਂ ਤੇ ਕੋਈ ਟੁੱਟਿਆ। ਕਹਾਣੀ ਕੀ ਦੀ ਹੈ, ਤੁਹਾਡੀ ਹੈ ਜਾਂ ਕਿਸੇ ਹੋਰ ਦੀ ਹੈ? ਜ਼ਰੂਰੀ ਨਹੀਂ ਮੈਂ ਕੁਛ ਇਸ਼ਕ ਮਖਾਨਾ ਲਿਖਤਾ ਵੀ ਮੈਂ ਕੋਈ ਕੁੜੀ ਵੱਲੋਂ ਟੁੱਟਿਆ ਹੋਇਆ ਜਾਂ ਕਿਸੇ ਨੇ ਮੇਰਾ ਦਿਲ ਤੋੜਿਆ। ਬਹੁਤ ਸਾਰੇ ਲੋਕ ਰਿਲੇਟ ਕਰਦੇ ਆ ਚੀਜ਼ਾਂ, ਤੁਹਾਨੂੰ ਕਹਿੰਦੇ ਵੀ ਹੋਣਗੇ ਵੀ ਬਈ ਇਦਾਂ ਦੀ ਗੱਲ ਹੈ, ਸੁਣਦੇ ਹੋਣਗੇ ਵੀ ਮੇਰੇ ਸ਼ਹਿਰ ਦੇ ਲੋਕਾਂ ਦੀ ਬੜੀ ਅਜਬ ਹੈ ਬਾਤ। ਹਾਂ, ਇੱਕ ਕਾਮ ਵੇਲੇ ਰੰਗ ਰੂਪ ਵੇਖਣ, ਵਿਆਹਾਂ ਵੇਲੇ ਜਾਤ। ਯਾਰ ਮੇਰੀ ਸਹੇਲੀ ਆ ਕਿੰਨੀ ਸੋਹਣੀ, ਐਂ ਦੇਖਦਾ ਉਦੋਂ ਆਪਾਂ ਕੋਈ ਜਾਤ ਮੈਟਰ ਨਹੀਂ ਕਰਦੀ, ਉਦੋਂ ਆਪਣੇ ਨਾਲ ਖੜੀ ਆ, ਬਸ ਆਪਾਂ ਟਾਈਮ ਸਪੈਂਡ ਕਰ ਲਿਆ, ਦੈਟਸ ਇਟ। ਬਟ ਜਦੋਂ ਉਹੀ ਰਿਸ਼ਤੇ ਨੂੰ ਆਪਾਂ ਆਪਦੀ ਆਖਰੀ ਪੌੜੀ 'ਤੇ ਲੈ ਕੇ ਜਾਣਾ ਹੁੰਦਾ ਵੀ ਉਹਦੇ ਨਾਲ ਵਿਆਹ ਕਰਾਉਣਾ, ਨਾ ਯਾਰ ਆਪਣੀ ਕਾਸਟ ਡਿਫਰੈਂਟ ਹੈ, ਘਰਦੇ ਨਹੀਂ ਮੰਨਣੀ, ਆਏ ਨਹੀਂ ਹੋਣਾ, ਆਏ ਨਹੀਂ ਹੋਣਾ ਬਸ। ਅੱਜ ਦਾ ਜੇ ਆਪਾਂ ਇਸ਼ਕ ਦੇਖੀਏ, ਕੁਛ ਪਤਾ ਨਹੀਂ ਚੱਲ ਰਿਹਾ, ਦਿਖਾਵਾ ਰਹਿ ਚੁੱਕਿਆ। ਚੱਲਦਾ ਅੱਜ ਕੱਲ੍ਹ ਕਾਲਜਾਂ 'ਚ ਮੁੰਡਿਆਂ 'ਚ, ਯਾਰ ਮੇਰੀ ਸਹੇਲੀ ਹੈ, ਮੇਰੀ ਆਹ ਹੈਗੀ। ਅੱਜ ਕੱਲ੍ਹ ਤਾਂ ਇਹੋ ਜਿਹੇ ਵੀ ਹੈ ਕੁਛ ਕੁ ਮੁੰਡੇ, ਆਪਾਂ ਦੇਖਦੇ ਦੋ ਦੋ ਤਿੰਨ ਤਿੰਨ ਸਹੇਲੀਆਂ, ਬਸ ਸਟੇਟਸ ਸਿੰਬਲ ਮੇਰੇ ਯਾਰਾਂ ਦੋਸਤਾਂ ਦੀ ਮੇਰੀ ਠੁੱਕ ਹੋਵੇ। ਕਈ ਤਾਂ ਦੇਖੋ ਵਿਦੇਸ਼ ਜਾ ਰਹੇ ਨੇ, ਹੈ ਨਾ, ਰਿਐਲਿਟੀ, ਅਤੇ ਕਈ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੇ ਹੋਏ ਨੇ। ਮੈਂ ਤਾਂ ਯਾਰ ਦੋਸਤ ਵੀ ਦੇਖਿਆ ਜਿਹੜੇ ਕੁੜੀ ਪਿੱਛੇ ਸੁਸਾਈਡ ਕਰ ਗਏ ਜਾਂ ਕਿਸੇ ਥੋੜ੍ਹੀ ਜਿਹੀ ਕੋਈ ਵੀ ਹੋਰ ਪ੍ਰੋਬਲਮ ਆ ਗਈ ਸੁਸਾਈਡ ਕਰ ਗਏ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਔਨੀਅਰ 'ਤੇ। ਤਾਂ ਅੱਜ ਸਾਡੇ ਔਨੀਅਰ ਦੀ ਲਾਇਬ੍ਰੇਰੀ ਦੇ ਵਿੱਚ ਪਹੁੰਚੇ ਨੇ ਸਾਡੇ ਖਾਸ ਮਹਿਮਾਨ ਜਸ਼ਨਦੀਪ ਚੰਮ। ਸੋ ਬਈ, ਜਿਨ੍ਹਾਂ ਨੇ ਇਸ਼ਕ ਮਖਾਨਾ ਪੜ੍ਹੀ ਹੈ, ਦੇਖੀ ਹੈ, ਤਾਂ ਉਹ ਤਾਂ ਖਾਸ ਤੌਰ 'ਤੇ ਜਾਣਦੇ ਨੇ। ਸੋ ਬਈ, ਸਵਾਗਤ ਕਰਦੇ ਹਾਂ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਹਾਂ, ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ ਨੂਰ ਜੀ। ਠੀਕ ਠਾਕ ਹੋ ਤੁਸੀਂ? ਵਧੀਆ ਜੀ। ਬੁੱਕ ਫੇਅਰ ਕਿਵੇਂ, ਸਹੀ ਰਿਹਾ? ਬੁੱਕ ਫੇਅਰ ਬਹੁਤ ਵਧੀਆ ਰਿਹਾ, ਲਗਭਗ 5-6 ਸੌ ਕਿਤਾਬ ਵੇਚ ਚੁੱਕੇ ਹਾਂ ਆਪਦੀ। ਕਿਆ ਬਾਤ ਹੈ, ਬੜਾ ਮਾਣ ਮਹਿਸੂਸ ਹੁੰਦਾ ਨਾ ਜਦੋਂ ਕੋਈ ਚੀਜ਼ ਆਪਣੇ ਹੱਥੀਂ ਲਿਖੀ ਹੋਵੇ ਤੇ ਉਹਨੂੰ ਲੋਕ ਇੰਨਾ ਪਿਆਰ ਦੇਣ, ਇਵਨ ਕਿ ਰੀਲਾਂ ਵੀ ਬਹੁਤ ਸੋਹਣੀਆਂ ਬਣ ਰਹੀਆਂ ਸੀਗੀਆਂ। ਹਾਂਜੀ ਮੈਮ, ਦੇਖੋ ਜਿਵੇਂ ਨਵੰਬਰ ਦੇ ਵਿੱਚ ਯੂਥ ਫੈਸਟ 'ਤੇ ਤੁਸੀਂ ਮਿਲੇ ਸੀ, ਉਦੋਂ ਆਪਾਂ ਰਿਲੀਜ਼ ਕੀਤੀ ਸੀ ਬੁੱਕ ਇਹ, ਅਤੇ 2 ਕੁ ਮਹੀਨੇ ਹੋਏ ਆ ਹਜੇ, 2 ਮਹੀਨਿਆਂ ਦੇ ਵਿੱਚ 2000 ਤੋਂ ਉੱਤੇ ਕਾਪੀ ਸੇਲ ਹੋ ਚੁੱਕੀ ਹੈ ਕਿਤਾਬ ਦੀ। ਉਹੀ ਤਾਂ ਜਾਣਨਾ ਚਾਹੁੰਦੇ ਹਾਂ, ਇਸ ਲਈ ਤਾਂ ਮਿਲੇ ਹਾਂ ਕਿ ਇਸ਼ਕ ਮਖਾਨਾ ਇਹ ਚੱਕਰ ਕੀ ਹੈ ਬਈ, ਬੜਾ ਕੈਚੀ ਜਿਹਾ ਨਾਮ ਰੱਖਦੇ ਆ ਰਾਈਟਰ ਵੀ ਅੱਜ ਕੱਲ੍ਹ। ਮੈਮ ਸਭ ਤੋਂ ਪਹਿਲਾਂ ਇਹਦਾ ਮਤਲਬ ਸਮਝਦੇ ਆਪਾਂ, ਮਖਾਨਾ। ਮਖਾਨਾ ਹੁੰਦਾ ਕੀ ਹੈ? ਆਪਣੀ ਠੇਠ ਜਾਂ ਪੁਰਾਣੀ ਭਾਸ਼ਾ 'ਚ ਕਹਿੰਦੇ ਠੇਕਾ, ਜਦੋਂ ਸ਼ਰਾਬ ਮਿਲਦੀ ਹੈ, ਬਿਲਕੁਲ ਵੀ ਉਹ ਮਖਾਨਾ। ਇਹ ਮੈਂ ਇਸ਼ਕ ਦਾ ਮਖਾਨਾ ਬਣਾਇਆ ਵੀ ਇਹ ਠੇਕੇ 'ਚੋਂ ਇਕੱਲਾ ਇਸ਼ਕ ਮਿਲੂ, ਹੋਰ ਕੁਝ ਨਹੀਂ ਮਿਲਣਾ। ਜੇ ਇਸ਼ਕ ਲੈਣਾ ਤਾਂ ਆ ਜਾਓ ਇਹ ਠੇਕੇ 'ਚ। ਤਾਂ ਇਸ਼ਕ ਦੀ ਗੱਲ ਹੋਈ ਹੈ, ਇਹਦੇ ਵਿੱਚ ਕੋਈ ਟੁੱਟਿਆ ਟੁੱਟਿਆ ਨਜ਼ਰ ਆ ਰਿਹਾ, ਨਹੀਂ ਕਿਸੇ ਕੋਈ ਆ ਕੇ ਜੁੜਿਆ, ਕਿਸੇ ਨੇ ਕੋਈ ਐਕਸਪੈਕਟੇਸ਼ਨਸ ਰੱਖੀਆਂ ਤੇ ਕੋਈ ਟੁੱਟਿਆ। ਕਹਾਣੀ ਕੀ ਦੀ ਹੈ, ਤੁਹਾਡੀ ਹੈ ਜਾਂ ਕਿਸੇ ਹੋਰ ਦੀ ਹੈ? ਮੈਂ ਪੜ੍ਹਿਆ ਬਹੁਤ ਹੈ, ਸਭ ਤੋਂ ਪਹਿਲਾਂ ਇਸ਼ਕ ਵੀ ਆਪਾਂ, ਜ਼ਰੂਰੀ ਨਹੀਂ ਆਪਾਂ ਜੇ ਕੋਈ ਚੀਜ਼ ਲਿਖਦੇ ਹਾਂ ਆਪਣੇ ਨਾਲ ਹੱਡ ਬੀਤੀ ਹੋਵੇ, ਆਪਣੀ ਕੁਛ ਅਬਜ਼ਰਵੇਸ਼ਨਸ ਵੀ ਹੋ ਸਕਦੀਆਂ। ਮੈਂ ਸਮਾਜ ਦੇ ਵਿੱਚ ਕਾਫੀ ਕੁਝ ਅਬਜ਼ਰਵ ਕੀਤਾ, ਅਤੇ ਜਿਵੇਂ ਟੁੱਟਣ ਦੀ ਜ਼ਰੂਰਤ ਨਹੀਂ ਹੁੰਦੀ, ਇਸ਼ਕ ਹੈ, ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਵੀ ਇਸ਼ਕ ਸਿਰਫ ਆਪਾਂ ਮੁੰਡੇ ਜਾਂ ਕੁੜੀ ਤੱਕ ਸੀਮਤ ਨਾ ਰੱਖੀਏ, ਵੀ ਇੱਕ ਆਪਾਂ ਮੁੰਡੇ ਕੁੜੀ ਨੂੰ ਇਸ਼ਕ ਆਪਾਂ ਕਿਸੇ ਚੀਜ਼ ਨਾਲ ਵੀ ਕਰ ਸਕਦੇ ਹੋ। ਫੋਰ ਐਗਜ਼ਾਮਪਲ, ਤੁਸੀਂ ਇੱਕ ਜਰਨਲਿਸਟ ਹੋ, ਤੁਹਾਨੂੰ ਤੁਹਾਡੀ ਕੰਮ ਨਾਲ ਇਸ਼ਕ ਹੈ, ਤੁਸੀਂ ਇੰਟਰਵਿਊਸ ਕਰਦੇ ਲੋਕ, ਤੁਹਾਨੂੰ ਉਹਦੇ ਨਾਲ ਇਸ਼ਕ ਹੈ। ਉਵੇਂ ਮੈਂ ਇੱਕ ਰਾਈਟਰ ਹਾਂ, ਆਰਟਿਸਟ ਹੈ, ਮੈਨੂੰ ਆਪਦੀ ਕਲਾ ਨਾਲ ਇਸ਼ਕ ਹੈ, ਵੀ ਜ਼ਰੂਰੀ ਨਹੀਂ ਮੈਂ ਕੁਛ ਇਸ਼ਕ ਮਖਾਨਾ ਲਿਖਤਾ ਵੀ ਮੈਂ ਕੋਈ ਕੁੜੀ ਵੱਲੋਂ ਟੁੱਟਿਆ ਹੋਇਆ ਜਾਂ ਕਿਸੇ ਨੇ ਮੇਰਾ ਦਿਲ ਤੋੜਿਆ। ਬਹੁਤ ਸਾਰੇ ਲੋਕ ਰਿਲੇਟ ਕਰਦੇ ਆ ਚੀਜ਼ਾਂ, ਤੁਹਾਨੂੰ ਕਹਿੰਦੇ ਵੀ ਹੋਣਗੇ ਵੀ ਬਈ ਇਦਾਂ ਦੀ ਗੱਲ ਹੈ, ਸੁਣਦੇ ਹੋਣਗੇ। ਮੇਰੀ ਕਿਤਾਬ ਵਿਕਣ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ, ਲੋਕ ਕਹਿੰਦੇ ਵੀ ਸਾਨੂੰ ਲੱਗਦਾ ਸਾਡੀ ਗੱਲ ਤੂੰ ਲਿਖ ਗਿਆ।
ਸਾਡੀ ਗੱਲ ਕਰ ਗਿਆ, ਇਹ ਹੋਇਆ ਕਿਉਂ? ਕਿਉਂਕਿ ਮੈਂ ਪੜ੍ਹਿਆ, ਮੈਂ ਅਬਜ਼ਰਵ ਕੀਤੀਆਂ ਚੀਜ਼ਾਂ, ਮੈਂ ਇੱਕ ਥੀਏਟਰ ਆਰਟਿਸਟ ਹੈ ਤਾਂ ਮੈਨੂੰ ਵਧੀਆ ਲੱਗਦਾ ਲੋਕਾਂ ਨੂੰ ਅਬਜ਼ਰਵ ਕਰਨਾ ਵੀ ਲੋਕ ਕੀ ਸੋਚਦੇ, ਕਿੱਦਾਂ ਦੇ ਬਿਹੇਵ ਕਰਦੇ ਆ। ਤਾਂ ਮੈਂ ਕਰਕੇ ਵੀ ਸੋਚਿਆ ਆ ਵੀ ਯਾਰ ਅੱਛਾ ਆਹ ਗੱਲ ਵੀ ਹੁੰਦੀ ਆ, ਇਵੇਂ ਵੀ ਹੁੰਦਾ ਵੀ ਇਸ਼ਕ, ਤਾਂ ਉਸ ਅਕੋਰਡਿੰਗ ਮੈਂ ਲਿਖਿਆ ਆਪਦੀ ਕਲਮ ਨਾਲ ਲਿਖੇ। ਫਿਰ ਮੈਂ ਬੁੱਕ ਸ਼ਾਪ 'ਤੇ, ਮੈਨੂੰ ਸਾਰੇ ਲੋਕਾਂ ਨੇ ਪ੍ਰੇਜ਼ ਕੀਤਾ ਵੀ ਬੁੱਕ ਸ਼ਾਪ, ਤੁਸੀਂ ਮੰਨਣਾ ਨਹੀਂ ਮੈਮ, ਇਹ ਕਿਤਾਬ ਲਿਖਣ ਲਈ ਮੈਨੂੰ 6 ਸਾਲ ਲੱਗ ਗਏ। 6 ਸਾਲਾਂ ਦੀ ਕਹਾਣੀ ਕਿਤਾਬ 'ਚ ਪਰੋਈ ਤੁਸੀਂ ਹੈ। ਇਹਦੇ 'ਚ ਮੈਮ ਡਰਾਇੰਗਸ ਵੀ ਆ ਖੁਦ ਬੁੱਕ ਦੇ ਵਿੱਚ, ਜਿਵੇਂ ਤੁਸੀਂ ਪੜ੍ਹੀਆਂ ਉਹ ਡਰਾਇੰਗਸ। ਮੇਰਾ ਭਰਾ ਆ ਰਾਜਵਿੰਦਰ ਸਿੰਘ ਮਾਨ, ਮੋੜ ਮੰਡੀ ਤੋਂ ਅਸੀਂ ਇਕੱਠੇ ਹੁੰਦੇ ਹੈਗੇ। ਅੱਛਾ। ਅਤੇ ਮੇਰਾ ਆਈਡੀਆ ਸੀ ਵੀ ਆਪਾਂ ਇਹ ਲਿਖੇ ਆ, ਬਸ ਉਹਦੇ ਨਾਲ ਮੈਂ ਅਕਸਰ ਗੱਲ ਕਰਦਾ ਸੀ ਯਾਰ ਆਪਾਂ ਕੁਝ ਨਾ ਕੁਝ ਅਲੱਗ ਕਰੀਏ, ਅਲੱਗ ਕਿਵੇਂ ਕਰੀਏ। ਉਹ ਕਹਿੰਦਾ ਸੀ ਬਸ ਸੋਚਦੇ ਸੋਚਦੇ ਐਂ ਸਿੱਟੇ 'ਤੇ ਨਿਕਲੇ ਵੀ ਆਪਾਂ ਯਾਰ ਜੇ ਫੋਟੋਆਂ ਦੇ ਦੀ ਹਰੇਕ ਸ਼ਾਇਰੀ ਨਾਲ, ਮੈਂ ਚੱਲ ਵਧੀਆ ਗੱਲ ਹੈ। ਫਿਰ ਸਾਨੂੰ ਜਿਹੜੀਆਂ ਫੋਟੋਆਂ ਜਾਂ ਪੇਂਟਿੰਗਸ ਆ ਖੁਦ ਡਰਾ ਕੀਤੀਆਂ ਸੀ, ਕੁਛ AI ਦੀ ਮਦਦ ਨਾਲ ਲਈਆਂ, ਕੁਛ ਖੁਦ ਪੇਂਟ ਕੀਤੀਆਂ, ਜਾਂ ਕਿਤਾਬ ਫਰੈਂਡਸ ਤੋਂ ਡਰਾ ਕਰਵਾ ਕੇ ਅਸੀਂ ਸਕੈਨ ਕੀਤੀਆਂ। ਸਾਨੂੰ ਇਹਨਾਂ 'ਤੇ 8-9 ਮਹੀਨੇ ਲੱਗੇ ਇਕੱਲੀਆਂ ਪੇਂਟਿੰਗਸ 'ਤੇ। ਵੀ ਸਾਨੂੰ ਐਂ ਸੀ ਵੀ ਜੇ ਕੋਈ ਪਹਿਲਾ ਕੰਮ ਆ ਰਿਹਾ ਸਾਡਾ ਪਰਫੈਕਟ ਆਵੇ, ਵਿਊ ਨਾ ਹੋਵੇ ਕੋਈ ਚੀਜ਼। ਚੰਮ ਲਿਖਦੇ ਕਿੱਥੇ ਜਾ ਕੇ ਹੋ? ਕੋਈ ਸਪੈਸ਼ਲ ਥਾਂ ਬਣਾਈ ਹੋਈ ਹੈ ਕਿੱਥੇ ਲਿਖਦੇ ਹੋ? ਕੋਈ ਸ਼ਾਂਤੀ ਵਾਲੀ ਥਾਂ ਹੁੰਦੀ ਹੈ ਬੰਦੇ ਨੂੰ ਹੁੰਦਾ ਕਿ ਉੱਥੇ ਬਹਿ ਕੇ ਬੰਦਾ ਲਿਖ ਲੇ, ਜਾਂ ਕਿਤੇ ਵੀ ਕਿਤੇ ਸੜਕ 'ਤੇ ਵੀ ਦਿਲ ਕਰੇ ਉੱਥੇ ਬਹਿ ਕੇ ਲਿਖ ਲੈਂਦੇ ਹੋ? ਜਿੱਥੇ ਦਿਲ ਕਰੇ ਮੈਮ, ਜਦੋਂ ਮਤਲਬ ਐਂ ਆ ਵੀ ਐਂ ਨਹੀਂ ਪਤਾ ਘੁੰਮਦੇ ਘੁੰਮਦੇ ਕਿੱਥੇ ਵਾਈਬ ਆ ਜੇ, ਜਿੱਥੇ ਵਾਈਬ ਆ ਗਈ ਮੈਂ ਐਂ ਨਹੀਂ ਦੇਖਣਾ ਮੈਂ ਕਿੱਥੇ ਆ, ਮੈਂ ਆਪਦਾ ਫੋਨ ਕੱਢਣਾ ਦਿਮਾਗ 'ਚ, ਉਹ ਸੋਚੀ ਜਾਣਾ ਮੈਂ ਲਿਖੀ ਜਾਣਾ ਫੋਨ 'ਤੇ ਲਿਖ ਲੈਣਾ, ਫਿਰ ਘਰ ਜਾ ਕੇ ਜੋ ਮੈਂ ਡਾਇਰੀਜ਼ ਲਗਾਈਆਂ ਹੋਈਆਂ ਡਾਇਰੀਜ਼ ਉੱਤੇ ਤਾਂ ਉਤਾਰ ਦੇਣਾ ਉਹਨਾਂ ਨੂੰ। ਜੋਬ ਹੈ, ਬੱਚਿਆਂ ਨੂੰ ਪੜ੍ਹਾਉਂਦੇ ਹੋ, ਤਾਂ ਪੜ੍ਹਾਉਣ ਦੇ ਨਾਲ ਨਾਲ ਲਿਖਣ ਦਾ ਕੰਮ ਕਿਵੇਂ? ਤੁਸੀਂ ਦੱਸਿਆ ਕਿ ਮੈਂ 4 ਸਟੋਰੀਆਂ ਇੱਕ ਟਾਈਮ 'ਤੇ ਮੈਂ ਸ਼ੁਰੂ ਕੀਤੀਆਂ ਹੋਈਆਂ, ਅਤੇ ਧਿਆਨ ਨਹੀਂ ਡਾਈਵਰਟ ਹੁੰਦਾ ਇੱਧਰ ਉੱਧਰ, ਇਹ ਕਿਵੇਂ ਸਾਰਾ ਮੈਨੇਜ ਕਰਦੇ ਹੋ? ਮੈਂ ਜਿਵੇਂ ਟੀਚਰ ਹਾਂ ਸਕੂਲ ਦੇ ਵਿੱਚ, ਸਕੂਲ 'ਚੋਂ ਲਗਭਗ 2 ਜਾਂ 3 ਵਜੇ ਮੈਂ ਫ੍ਰੀ ਹੋ ਜਾਂਦਾ। ਅੱਛਾ। ਉਹ ਤੋਂ ਬਾਅਦ ਮੇਰੇ ਕੋਲ ਕਾਫੀ ਖੁੱਲ੍ਹਾ ਸਮਾਂ ਹੁੰਦਾ, ਮੈਂ ਉਹ ਸਮੇਂ ਦੇ ਵਿੱਚ ਕਿਤਾਬਾਂ ਪੜ੍ਹਦਾ। ਜਿਵੇਂ ਮੈਂ ਬੱਸ 'ਤੇ ਟਰੈਵਲ ਕਰਦਾ ਹੁੰਦਾ ਸਕੂਲ ਲਈ, ਮੈਨੂੰ 1.5 ਤੋਂ 2 ਘੰਟੇ ਲੱਗ ਜਾਂਦੇ ਆ, ਸੁਬਹਾ 2 ਘੰਟੇ, ਸ਼ਾਮ ਨੂੰ 2 ਘੰਟੇ, ਉਹ 4 ਘੰਟੇ ਮੇਰੇ ਕੋਲ ਫ੍ਰੀ ਹੁੰਦੇ ਆ। ਮੈਂ ਹੈੱਡਫੋਨ ਫੋਨ ਲਗਾਉਣੇ ਸੋ, ਮੈਂ ਕਿਤਾਬ ਖੋਲ੍ਹ ਲੈਣਾ, ਕਿਤਾਬ ਪੜ੍ਹੀ ਜਾਂਦਾ ਰਹਿੰਦਾ। ਜੇ ਕਈ ਵਾਰੀ ਐਂ ਵੀ ਕੁਛ ਆਪਾਂ ਔਨਲਾਈਨ ਦੇਖਣਾ ਤਾਂ ਮੈਂ ਜੋ ਸ਼ਾਇਰ ਹੋਇਆ ਜਿਵੇਂ ਸ਼ਕੀਲ ਆਜ਼ਮੀ ਜੀ, ਉਹਨਾਂ ਨੂੰ ਬਹੁਤ ਸੁਣਦਾ, ਨਹੀਂ ਰਾਹ ਤੰਦੋਰੀ ਜੀ ਹੋਏ ਜਾਂ ਤਜੰਮਲ ਕਲੀਮ ਜੀ ਹੋਏ, ਮੈਂ ਉਹਨਾਂ ਨੂੰ ਸੁਣਦਾ ਰਹਿੰਦਾ, ਬਸ ਉਹੀ ਮੈਨੂੰ ਵਧੀਆ ਲੱਗਿਆ, ਅਬਜ਼ਰਵ ਹੋਈ ਜਾਂਦੇ ਆ, ਆਈਡੀਆਜ਼ ਆਈ ਜਾਂਦੇ ਆ, ਮੈਂ ਲਿਖੀ ਜਾਂਦਾ ਜੀ। ਰਾਈਟਰ ਤਾਂ ਮੋਸਟਲੀ ਜਿਵੇਂ ਕਹਿੰਦੇ ਆ ਵੀ ਨੋਰਮਲ ਕੁੜਤਾ ਪਾਇਆ ਹੁੰਦਾ, ਜਿੱਦਾਂ ਆਪਾਂ ਡਿਸਕਸ ਕਰਦੇ ਸੀਗੇ, ਤੇ ਇਹ ਰਾਈਟਰ ਥੋੜੇ ਫੈਸ਼ਨੇਬਲ ਨੇ, ਕਿਹਨੂੰ ਫੋਲੋ ਕੀਤਾ ਸੀਗਾ ਸਟਾਰਟਿੰਗ 'ਚ ਵੀ ਮੈਂ ਇਹਨਾਂ ਨੂੰ ਥੋੜਾ ਜਿਹਾ ਤੋਂ ਕੁਛ ਦੇਖਿਆ ਆਪਾਂ ਕੁਛ ਗ੍ਰੈਪ ਕਰ ਲੈਂਦੇ ਹਾਂ ਨਾ? ਮੈਂ ਫੋਲੋ ਤਾਂ ਕਿਸੇ ਨੂੰ ਨਹੀਂ ਕੀਤਾ, ਕਿਉਂਕਿ ਹਰੇਕ ਦੀ ਆਪਦੀ ਅਲੱਗ ਵਾਈਬ ਹੈ। ਜੇ ਮੈਂ ਫੋਰ ਐਗਜ਼ਾਮਪਲ ਜੇ ਮੈਂ ਰਾਹ ਤਿੰਦੋਰੀ ਜੀ ਨੂੰ ਫੋਲੋ ਕਰਾਂ, ਉਹਨਾਂ ਦਾ ਸ਼ਾਇਰੀਆਂ ਦਾ ਜਾਂ ਕਵਿਤਾਵਾਂ ਦਾ ਲਹਿਜ਼ਾ ਅਲੱਗ ਹੈ, ਕਲੀਮ ਜੀ ਦਾ ਅਲੱਗ ਹੈ, ਸ਼ਕੀਲ ਆਜ਼ਮੀ ਜੀ ਦਾ ਅਲੱਗ ਹੈ। ਪਰ ਮੈਂ ਕਹਿੰਦਾ ਜਦੋਂ ਮੈਂ ਸਕੂਲ ਟਾਈਮ ਸੀਗਾ, ਆਈ ਥਿੰਕ 10ਵੀਂ 11ਵੀਂ, ਮੈਂ ਗਾਣੇ ਲਿਖਣੇ ਸ਼ੁਰੂ ਕੀਤੇ। ਅੱਛਾ। ਅਤੇ ਮੈਨੂੰ ਉਦੋਂ ਜਾਨੀ ਪਸੰਦ ਸੀਗਾ, ਜਾਨੀ ਬਹੁਤ ਜ਼ਿਆਦਾ, ਮੈਂ ਉਹਦੇ ਗਾਣੇ ਸੋਚਦਾ ਸੀ, ਮੈਂ ਯਾਰ ਜਾਨੀ ਵਾਂਗੂ ਐਂ ਲਿਖਿਆ, ਐਂ ਲਿਖੀ, ਐਂ ਲਿਖੀਏ। ਫਿਰ ਹੌਲੀ ਹੌਲੀ ਜਿਹੜੀ ਰਾਈਟਿੰਗ ਸੀ ਮਚਿਓਰ ਹੁੰਦੀ ਗਈ, ਹੋਰ ਵਧੀਆ ਰਾਈਟਰਸ ਪੜ੍ਹੇ ਲੱਗੇ, ਜਿਵੇਂ ਨਾਨਕ ਸਿੰਘ ਜੀ ਦੇ ਨਾਵਲ ਪੜ੍ਹਨ ਲੱਗ ਗਿਆ, ਜਸਵੰਤ ਸਿੰਘ ਕੰਵਲ ਜੀ ਦੇ, ਮਤਲਬ ਕਾਫੀ ਕੁਛ ਪੜ੍ਹਿਆ, ਹੌਲੀ ਹੌਲੀ ਹੋ ਗਿਆ। ਅਤੇ ਬਾਕੀ ਆਊਟਫਿਟ ਦੀ ਗੱਲ ਵੀ ਜੋ ਪਸੰਦ ਹੈ ਪਾਓ। ਤੁਸੀਂ ਇੱਕ ਲਾਈਨ ਲਿਖੀ ਸੀ ਕਿ ਸਾਡੇ ਦੋਵਾਂ ਵਿੱਚ ਸਾਡੀ ਜ਼ਾਤ ਆਈ ਹੈ ਕਿਉਂਕਿ ਮੇਰੀ ਪੀਣ ਦੀ ਰਾਤ ਆਈ, ਇਹ ਤੁਹਾਡੀ ਲਾਈਨ ਸੀਗੀ। ਇਹ ਜ਼ਾਤ ਦਾ ਜ਼ਿਕਰ ਬਹੁਤ ਕੀਤਾ ਹੋਇਆ ਇਹਦੇ ਵਿੱਚ, ਮਤਲਬ ਵੀ ਇਹ ਕੀ ਚੱਕਰ, ਕਿਉਂਕਿ ਦੇਖਦੇ ਹੋ ਸਮਾਜ ਦੇ ਵਿੱਚ ਇਸ਼ਕ ਦੇ ਵਿੱਚ ਜ਼ਾਤ ਆ ਜਾਂਦੀ ਹੈ ਤਾਂ ਪਿਆਰ ਪੂਰਾ ਨਹੀਂ ਪੈਂਦਾ। ਹਾਂਜੀ, ਉਹੀ ਹੈ ਜਿਵੇਂ ਦੱਸ ਕੇ ਅਬਜ਼ਰਵੇਸ਼ਨ, ਜਿਵੇਂ ਉਹ ਤਾਂ ਚਲੋ ਕਾਫੀ ਪਿੱਛੇ ਸ਼ਾਇਰੀ, ਇੱਕ 3ਜੇ ਨੰਬਰ 'ਤੇ ਮੇਰੀ ਇਹ ਕਵਿਤਾ, ਉਹ ਕੀ ਸੀ ਵੀ ਮੇਰੇ ਸ਼ਹਿਰ ਦੇ ਲੋਕਾਂ ਦੀ ਬੜੀ ਅਜਬ ਹੈ ਬਾਤ, ਇੱਕ ਕਾਮ ਵੇਲੇ ਰੰਗ ਰੂਪ ਵੇਖਣ, ਵਿਆਹਾਂ ਵੇਲੇ ਜਾਤ। ਜਿਵੇਂ ਆਪਾਂ ਅਕਸਰ ਦੇਖਦੇ ਹਾਂ ਹੁਣ ਕਾਲਜਾਂ 'ਚ, ਅੱਜ ਕੱਲ੍ਹ ਟਰੈਂਡ ਚੱਲਿਆ ਹੋਇਆ ਯਾਰ ਮੇਰੀ ਸਹੇਲੀ ਹੈ ਕਿੰਨੀ ਸੋਹਣੀ, ਐਂ ਦੇਖਦਾ। ਉਦੋਂ ਆਪਾਂ ਕੋਈ ਜਾਤ ਮੈਟਰ ਨਹੀਂ ਕਰਦੀ, ਉਦੋਂ ਆਪਣੇ ਨਾਲ ਖੜੀ ਹੈ, ਬਸ ਆਪਾਂ ਟਾਈਮ ਸਪੈਂਡ ਕਰ ਲਿਆ,
ਦੈਟਸ ਇਟ। ਬਟ ਜਦੋਂ ਉਹੀ ਰਿਸ਼ਤੇ ਨੂੰ ਆਪਾਂ ਆਪਦੀ ਆਖਰੀ ਪੌੜੀ 'ਤੇ ਲੈ ਕੇ ਜਾਣਾ ਹੁੰਦਾ ਵੀ ਉਹਦੇ ਨਾਲ ਵਿਆਹ ਕਰਨਾ, ਨਾ ਯਾਰ ਆਪਣੀ ਕਾਸਟ ਡਿਫਰੈਂਟ ਹੈ, ਘਰਦੇ ਨਹੀਂ ਮੰਨਣੀ, ਆਏ ਨਹੀਂ ਹੋਣਾ, ਆਏ ਨਹੀਂ ਹੋਣਾ, ਬਸ। ਇਹ ਕੀ ਹੋ ਕੀ ਰਿਹਾ, ਚੱਲ ਕੀ ਰਿਹਾ, ਅੱਜ ਦੇ ਇਸ਼ਕ ਨੂੰ ਕਿਵੇਂ ਦੇਖਦੇ ਹੋ ਤੁਸੀਂ? ਅੱਜ ਦਾ ਇਸ਼ਕ ਜੀ, ਇਹਦੇ 'ਚ ਮੈਂ ਲਿਖੀ ਸੀ ਗੱਲ, ਜੋ ਮੈਂ ਧਿਆਨ 'ਚ ਨਹੀਂ ਆ ਰਹੀ, ਮੈਂ ਤੁਹਾਨੂੰ ਦੱਸੂੰਗਾ। ਬਟ ਅੱਜ ਦਾ ਜੇ ਆਪਾਂ ਇਸ਼ਕ ਦੇਖੀਏ, ਕੁਛ ਪਤਾ ਨਹੀਂ ਚੱਲ ਰਿਹਾ, ਦਿਖਾਵਾ ਰਹਿ ਚੁੱਕਿਆ, ਮਜ਼ਾਕ ਜਿਹਾ ਬਣ ਗਿਆ ਦਿਖਾਵਾ, ਬਸ ਸਟੇਟਸ ਨਹੀਂ ਬੜਾ, ਬਸ ਵੀ ਹੈਗੀ ਹੈ ਵੀ ਆਪ ਚੱਲਦਾ ਅੱਜ ਕੱਲ੍ਹ ਕਾਲਜਾਂ 'ਚ, ਮੁੰਡਿਆਂ 'ਚ ਯਾਰ ਮੇਰੀ ਸਹੇਲੀ ਹੈ, ਮੇਰੀ ਆਹ ਹੈਗੀ। ਅੱਜ ਕੱਲ੍ਹ ਤਾਂ ਇਹੋ ਜਿਹੇ ਵੀ ਹੈ, ਕੁਛ ਕੁ ਮੁੰਡੇ ਆਪਾਂ ਦੇਖਦੇ ਹਾਂ ਦੋ ਦੋ ਤਿੰਨ ਤਿੰਨ ਸਹੇਲੀਆਂ, ਬਸ ਸਟੇਟਸ ਸਿੰਬਲ ਹੈ, ਮੇਰੇ ਯਾਰਾਂ ਦੋਸਤਾਂ 'ਚ ਮੇਰੀ ਠੁੱਕ ਹੋਵੇ, ਉਹ ਰਹਿ ਗਿਆ ਇਸ਼ਕ ਬਸ। ਹੋਰ ਜਿਵੇਂ ਉਹ ਲਿਖਿਆ, ਜਾਤਾਂ ਨਾਲ ਜਾਤਾਂ ਵਿਆਹੀਆਂ ਜਾ ਰਹੀਆਂ ਨੇ, ਰੂਹਾਂ ਵਾਲੇ ਇਕੱਲੇ ਤੁਰੇ ਫਿਰਦੇ ਨੇ, ਰੂਹਾਂ ਵਾਲੇ ਇਕੱਲੇ ਫਿਰਦੇ ਆ, ਜੋ ਰੂਹ ਤੋਂ ਕਰਦਾ ਇਸ਼ਕ ਉਹ ਕੋਈ ਟਾਵਾਂ ਟਾਵਾਂ ਹੀ ਹੈ ਜਿਹਦਾ ਇਸ਼ਕ ਪੂਰ ਚੜਿਆ ਜੀ। ਠੀਕ ਹੈ, ਤਾਂ ਪਿਆਰ ਦੀ ਗੱਲ ਕਰੀਏ, ਹੈ ਨਾ, ਕੀ ਐਗਜ਼ਾਮਪਲ ਦਿੰਦੇ ਹੋ ਉਹਦੀ, ਪਿਆਰ ਕੀ ਹੈ? ਪਿਆਰ, ਕਿਉਂਕਿ ਤੁਹਾਡੀ ਕਿਤਾਬ ਦੇ ਵਿੱਚ ਮੈਂ ਕੁਛ ਲਾਈਨਾਂ ਪੜ੍ਹੀਆਂ ਸੀ, ਤੁਸੀਂ ਸਟਾਰਟਿੰਗ ਦੇ ਵਿੱਚ ਲਿਖਿਆ ਸੀਗਾ ਪਿਆਰ ਫੁੱਲ ਫੋਰਮ ਹੈ ਵੀ, ਜੇ ਆਪਾਂ ਅਸਲ ਮਾਇਨੇ 'ਚ ਪਿਆਰ ਦੇਖੀਏ, ਪਿਆਰ ਦੀ ਫੁੱਲ ਫੋਰਮ ਲਿਖੀ ਸੀ ਪਹਿਲੀ ਮੁਲਾਕਾਤ ਤੋਂ ਆਖਰੀ ਸਾਹ ਤੱਕ ਦੀ ਰੌਣਕ। ਅਸਲ ਤਾਂ ਪਿਆਰ ਹੋਵੇ ਆਪਾਂ ਨੇ, ਪਹਿਲੀ ਮੁਲਾਕਾਤ ਹੋ ਗਈ ਇਹਦੇ ਨਾਲ, ਪਰ ਜਿੰਨਾ ਚਿਰ ਆਖਰੀ ਸਾਹ ਨਹੀਂ ਆਉਂਦਾ, ਬਸ ਤੂੰ ਹੀ ਹੈ, ਹੋਰ ਕੋਈ ਨਹੀਂ, ਅਸਲੀ ਪਿਆਰ ਤਾਂ ਉਹੀ ਹੈ। ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਹਾਂ ਵੀ ਜ਼ਿਆਦਾ ਆਪਾਂ ਸੋਸ਼ਲ ਮੀਡੀਆ 'ਤੇ ਐਕਟਿਵ ਹੋ ਗਏ, ਹੈ ਨਾ, ਤੁਸੀਂ ਵੀ ਫੋਨ ਚਲਾਉਂਦੇ, ਅਸੀਂ ਵੀ ਦੇਖੋ ਬੇਸਿਕਲੀ ਆਪਾਂ ਸਾਰੇ ਚਲਾਉਂਦੇ ਚਲਾਉਂਦੇ ਹਾਂ, ਤਾਂ ਪੜ੍ਹਨ ਵੱਲ ਜ਼ਿਆਦਾ ਰੁਝਾਨ ਨਹੀਂ ਹੈਗਾ ਨੌਜਵਾਨਾਂ ਦਾ, ਤੁਸੀਂ ਕਿਵੇਂ ਦੇਖ, ਤੁਸੀਂ ਖੁਦ ਉੱਥੇ ਯੂਨੀਵਰਸਿਟੀ ਦੇ ਵਿੱਚ ਆਪਣੀ ਸਟਾਲ ਲਗਾਈ ਸੀ, ਬੁੱਕ ਸਿਗਲਸ ਕੀਤੀਆਂ, ਅਤੇ ਕਿਵੇਂ ਲੱਗਿਆ, ਨੌਜਵਾਨ ਆ ਰਹੇ ਸੀਗੇ ਜਾਂ ਕਿੱਦਾਂ ਦਾ ਸੀ? ਨੌਜਵਾਨ ਆ ਰਹੇ ਸੀ, ਇਸ ਵਾਸਤੇ ਮੈਂ ਸਭ ਤੋਂ ਵੱਡਾ ਸ਼ੁਕਰ ਗੁਜ਼ਾਰ ਹਾਂ ਜੀ, ਆਪਣੇ ਪਿੰਡ ਲਾਗੀ ਪਿੰਡ ਹੈ ਸਿੰਘੋ ਪਿੰਡ, ਉੱਥੋਂ ਦਾ ਵੀਰਾ ਰਵਿੰਦਰ, ਉਹਨਾਂ ਦਾ ਇੱਕ ਸੋਸ਼ਲ ਮੀਡੀਆ 'ਤੇ ਪੇਜ ਚੱਲ ਰਿਹਾ ਵਧੀਆ, ਜੋ ਮੇਰੀ ਹੁਣ ਬੁੱਕ ਜਿਨ੍ਹਾਂ ਨੇ ਪਬਲਿਸ਼ ਕਰ ਰਹੀ ਹੈ ਉਹਨਾਂ ਦਾ ਲੋਗ ਹੈ ਬੁੱਕ 'ਤੇ, ਔਨਲਾਈਨ ਕਿਤਾਬ ਘਰ। ਅੱਛਾ, ਅਤੇ ਉਹ ਬੰਦਿਆਂ ਦੀ ਰਿਸਪੈਕਟ ਕਿਉਂ ਹੈ, ਕਿਉਂਕਿ ਉਹਨਾਂ ਨੇ ਸੋਸ਼ਲ ਮੀਡੀਆ ਲੋਕ ਜਿੱਥੇ ਆਪਾਂ ਇਨਫਲੂਐਂਸਰਾਂ ਨੂੰ ਦੇਖਦੇ ਸੀਗੇ, ਉਹਨਾਂ ਨੇ ਕਿਤਾਬਾਂ ਦਾ ਉਹ ਇੱਕ ਮੰਜ਼ਰ ਬਣਾਤਾ ਵੀ ਉੱਥੇ ਉਹਨਾਂ ਨੇ ਲਿਖਿਆ ਵੀ ਸਾਡਾ ਮਕਸਦ ਹਰ ਹੱਥ ਕਿਤਾਬ। ਉਹਨਾਂ ਨੇ ਹੁਣ ਤੱਕ ਜਿੰਨਾ ਮੈਂ ਦੇਖਿਆ 20 ਤੋਂ 25 ਲੱਖ ਜਿਹੜੇ ਨਵੇਂ ਰਾਈਟਰਸ ਆ ਅੱਜ ਕੱਲ੍ਹ ਦੇ ਜਵਾਕ ਆ, ਉਹਨਾਂ ਦੇ ਹੱਥ 'ਚ ਕਿਤਾਬਾਂ ਫੜਾਤੀਆਂ ਵੀ, ਮਤਲਬ ਉਹ ਇੰਨੇ ਕੁ, ਮਤਲਬ ਸੋਚ ਉਹਨਾਂ ਦੀ ਇੰਨੀ ਕੁ ਵਧੀਆ ਹੈ, ਉਹ ਲੋਕਾਂ ਨੂੰ ਜੇ ਰੀਲ ਪਸੰਦ ਆਉਂਦੀ ਹੈ ਉਹ ਉਸ ਤਰੀਕੇ ਨਾਲ ਹੀ ਰੀਲ ਦਿਖਾਉਂਦੇ ਸੀ, ਰੀਲ ਦੇ ਵਿੱਚ ਕਿਤਾਬ ਨੂੰ ਦਿਖਾਉਂਦੇ ਵੀ ਲੋਕ ਯਾਰ ਅਟਰੈਕਟ ਹੋਣ ਅਤੇ ਚਾਹਵਣ ਵੀ ਮੈਂ ਪੜ੍ਹਾਂ ਇਹ ਕਿਤਾਬ ਨੂੰ, ਤਾਂ ਉਸ ਹਿਸਾਬ 'ਤੇ ਚੱਲ ਬਹੁਤ ਸਾਰੀਆਂ ਜਿਵੇਂ ਆਪਾਂ ਕਹਿ ਸਕਦੇ ਹਾਂ ਪ੍ਰੋਬਲਮਸ ਸਾਨੂੰ, ਐਨਜ਼ਾਇਟੀ, ਸਟ੍ਰੈਸ, ਡਿਪਰੈਸ਼ਨ ਤਾਂ ਆਮ ਹੀ ਅਸੀਂ ਕਹਿ ਦਿੰਦੇ ਹਾਂ ਵੀ ਡਿਪਰੈਸ਼ਨ ਹੋ ਗਿਆ, ਇਹ ਪ੍ਰੋਬਲਮਸ ਕਿਉਂ ਆ ਰਹੀਆਂ ਨੇਗੀਆਂ ਨੌਜਵਾਨਾਂ ਨੂੰ? ਕਿਉਂਕਿ ਆਪਣਾ ਫੋਕਸ ਨਹੀਂ ਹੈਗਾ ਕਿਸੇ ਪਾਸੇ, ਮੇਨ ਗੱਲ ਫੋਕਸ ਹੋਵੇ ਨਾ ਆਪਾਂ ਕਰਨਾ ਕੀ ਹੈ, ਜੋ ਡਿਪਰੈਸ਼ਨ ਐਗਜ਼ਾਇਟੀ ਜਾਂ ਕੁਛ ਵੀ ਹੈ ਇਹ ਮਹਿਜ਼ ਇੱਕ ਆਪਣੇ ਦਿਮਾਗ ਦੀ ਕਲਪਨਾ ਹੁੰਦੀ ਹੈ ਆਪਣੇ ਦਿਮਾਗ 'ਚ, ਜੇ ਆਪਾਂ ਪੋਜ਼ਿਟਿਵ ਰਹਾਂਗੇ ਕਦੇ ਵੀ ਦਿਮਾਗ 'ਚ ਆਪਾਂ ਡਿਪਰੈਸ਼ਨ ਆਪਣੇ ਨੇੜੇ ਤੇੜੇ ਵੀ ਨਹੀਂ ਲੱਗਦਾ ਜੀ। ਇਹ ਗੱਲ ਮੈਂ ਲਿਖ ਕੇ ਦੇ ਸਕਦਾ, ਅਤੇ ਇਹਦਾ ਸਭ ਤੋਂ ਬੈਸਟ ਤਰੀਕਾ ਪੜ੍ਹੋ, ਜਿੰਨਾ ਤੁਸੀਂ ਵਧੀਆ ਰਾਈਟਰਸ ਨੂੰ ਪੜ੍ਹ ਸਕਦੇ ਹੋ ਉਨਾ ਪੜ੍ਹੋ, ਕਿਤਾਬ ਜ਼ਿੰਦਗੀ ਬਦਲ ਦਿੰਦੀ ਹੈ। ਹਾਂਜੀ ਜ਼ਰੂਰ। ਤੁਹਾਡੀ ਵੀ ਜ਼ਿੰਦਗੀ ਬਦਲੀ ਕਿਸੇ ਕਿਤਾਬ ਨੇ, ਕਿਵੇਂ ਸ਼ੁਰੂ ਹੋਇਆ ਸਵਾਬ, ਇਹ ਜ਼ਰੂਰ ਜਾਣਨਾ ਚਾਹਾਂਗੇ। ਮੈਂ ਵੈਸੇ ਨਾ ਸਭ ਤੋਂ ਪਹਿਲਾਂ ਮੈਨੂੰ ਬਸ ਲਿਖਣ ਦਾ ਸ਼ੌਂਕ ਸੀਗਾ, ਮੈਂ ਪੜ੍ਹਿਆ ਨਹੀਂ। ਅੱਛਾ। ਸਾਡੇ ਉਸਤਾਦ ਜੀ ਅਮਨਦੀਪ ਮੋਨੀ ਜੀ, ਜਿਹਨਾਂ ਕੋਲ ਥੀਏਟਰ ਸਿੱਖਿਆ, ਉਹਨਾਂ ਨੇ ਬਸ ਮੈਨੂੰ ਗੱਲ ਕਹੀ ਸੀ, ਪੁੱਤ ਵਧੀਆ ਲਿਖਦਾ, ਹੋਰ ਵਧੀਆ ਲਿਖਣਾ? ਮੈਂ ਹਾਂਜੀ ਲਿਖਣਾ। ਕਹਿੰਦੇ ਤੂੰ ਪੜ੍ਹਿਆ ਕਰ। ਮੈਂ ਕਿਹਾ ਪੜ੍ਹ ਕੇ ਕੀ ਹੋ ਜੂ, ਮੈਂ ਲਿਖੀ ਤਾਂ ਨਾ। ਕਹਿੰਦਾ ਮੇਰੀ ਗੱਲ ਮੰਨ ਕੇ ਪੜ੍ਹਿਆ ਕਰ। ਫਿਰ ਮੈਂ ਪੜ੍ਹਿਆ, ਸਭ ਤੋਂ ਪਹਿਲਾਂ ਫਿਰ ਮੈਂ ਪੜ੍ਹਿਆ ਨਾਨਕ ਸਿੰਘ ਜੀ ਦਾ ਪਵਿੱਤਰ ਪਾਪੀ, ਅਤੇ ਮੈਂ ਜਦੋਂ ਦੇਖੀ ਉਹਨਾਂ ਦੀ ਕਿਤਾਬ ਪੜ੍ਹ ਕੇ ਵੀ, ਮਤਲਬ ਲੂਹ ਕੰਢੇ ਨਹੀਂ ਖੜ੍ਹੇ ਹੋ ਜਾਂਦੇ। ਰਾਤ ਨੂੰ ਮੇਰੇ ਯਾਦ ਹੈ ਮੈਂ 7 ਵਜੇ ਬੈਠਾ ਸੀ ਪੜ੍ਹਨ ਆਪਦੇ ਬੈੱਡ 'ਤੇ, ਮੈਂ 11:30-11 ਵਜੇ ਤੱਕ ਕਿਤਾਬ ਨਿਬੇੜਤੀ, ਜਦੋਂ ਮੈਂ ਕਿਤਾਬ ਬੰਦ ਕੀਤੀ ਮੇਰੀ ਅੱਖਾਂ 'ਚ ਹੰਝੂ ਆ ਰਹੇ ਸੀਗੇ ਵੀ ਯਾਰ ਕਿੰਨੀ ਸੋਹਣੀ ਕਿਤਾਬ। ਉਹ ਤੋਂ ਬਾਅਦ ਮੈਨੂੰ ਐਂ ਲੱਗਿਆ ਇਹ ਤਾਂ ਕਮਾਲ ਦੀ ਚੀਜ਼ ਹੈ, ਫਿਲਮ ਦੇਖਣ ਦੀ ਲੋੜ ਹੀ ਨਹੀਂ,
ਸਟੋਰੀ ਅੱਖਾਂ ਸਾਹਮਣੇ ਚੱਲਦੇ ਨਾਲੇ ਪੜ੍ਹੀ ਜਾਂਦੇ ਹੈਗੇ ਆ, ਫਿਰ ਉਹ ਸਭ ਸਿਲਸਿਲਾ ਚੱਲਦਾ ਰਿਹਾ। ਮੈਂ ਕਾਫੀ ਕਿਤਾਬਾਂ ਪੜ੍ਹੀਆਂ। ਹਾਂਜੀ, ਤੁਸੀਂ ਹੋਰ ਵੀ ਦੱਸਿਆ ਸੀਗਾ ਅੱਗੇ ਤੁਹਾਡਾ ਕੰਮ ਚੱਲ ਰਿਹਾ ਬੁੱਕਸ 'ਤੇ। ਹਾਂਜੀ, ਬਸ ਮੈਂ ਦੱਸ ਤਾਂ ਨਹੀਂ ਸਕਦਾ ਟਾਈਟਲ, ਬਟ ਹਾਂ ਕੁਛ ਕੁ ਨਾਵਲਸ ਆ ਰਹੇ ਆ ਮੇਰੇ। ਟਾਈਟਲ ਕੈਚੀ ਹੋਊਗਾ, ਬਹੁਤ ਘੈਂਟ ਟਾਈਟਲ ਹੈ, ਤੁਹਾਨੂੰ ਦੱਸ ਚੁੱਕਿਆ, ਹੁਣ ਤੁਸੀਂ ਨਾ ਦੱਸ ਦਿਓ। ਨਹੀਂ ਮੈਂ ਨਹੀਂ ਦੱਸਣਾ ਹੈਗਾ, ਤੇ ਉਹ ਤਾਂ ਆਪਾਂ ਬਾਅਦ 'ਚ ਹੀ ਦੱਸਾਂਗੇ ਜਦੋਂ ਆਇਆ। ਫਿਲਹਾਲ ਇਸ਼ਕ ਮਖਾਨੇ ਦੀ ਬਹੁਤ ਚਰਚਾ ਹੋ ਰਹੀ ਹੈ, ਹਰ ਕੋਈ ਪੜ੍ਹਦਾ ਹੈ ਨਾ ਇਹਨੂੰ। ਬਹੁਤ ਸਾਰੇ ਲੋਕ ਤੁਹਾਨੂੰ ਫੋਨ ਕਰਦੇ ਆ, ਮੈਸੇਜ ਕਰਦੇ ਆ, ਕਿੱਦਾਂ ਲੱਗਦਾ ਜਦੋਂ ਮਿਹਨਤ ਨੂੰ ਬੂਰ ਜਿਹਾ ਪੈਂਦਾ ਹਨਾ, ਵੀ ਮੈਂ ਕੁਛ ਕਰ ਲਿਆ, ਮੈਂ ਕੁਛ ਖੱਟ ਲਿਆ ਹਨਾ। ਹਾਂ, ਮੈਂ ਇੱਕ ਸ਼ੇਅਰ ਕਰਦਾ ਵੀ ਮੈਂ ਹੁਣ ਐਸੀ ਫੈਸਟੀਵਲ 'ਤੇ ਮੈਂ ਆਇਆ ਸੀ 31 ਤਰੀਕ ਨੂੰ, ਜਿੱਦਣ ਫੈਸਟੀਵਲ ਮੈਂ ਬੁੱਕ ਜਮਾ ਆਇਆ ਸੀ। ਮੈਂ ਬਾਈ ਨੂੰ ਕਿਹਾ, ਮੈਂ ਬਾਈ ਆਪਾਂ ਨੌਰਥ ਜ਼ੋਨ ਚੱਲ ਰਿਹਾ ਯੂਨੀਵਰਸਿਟੀ ਦਾ, ਆਪਾਂ ਦੇਖ ਕੇ ਆਈਏ ਨਾਲੇ ਪੁਸਤਕ ਮੇਲਾ, ਵੀ ਮੇਰੀ ਕਿਤਾਬ ਲੱਗੀ ਹੋਈ ਹੈ। ਉਦੋਂ ਸੀਗਾ ਜਦੋਂ ਮੈਂ ਅੱਗੇ ਆਇਆ, ਉੱਦਣ ਸ਼ਾਮ ਨੂੰ ਨਾ ਮੇਰੇ ਕੋਲ ਦੋ ਤਿੰਨ ਭੈਣਾਂ ਆਈਆਂ ਮੇਰੀਆਂ, ਅਤੇ ਮੈਨੂੰ ਇਹ ਕਹਿੰਦੇ ਵੀਰੇ ਚੰਮ ਤੁਸੀਂ ਹੋ? ਮੈਂ ਹਾਂਜੀ। ਕਹਿੰਦੇ ਤੁਹਾਡੀ ਫੋਟੋ ਦੇਖੀ ਸੀ, ਕਿਤਾਬ ਹੈ ਇਸ਼ਕ ਮਖਾਨੇ ਦੀ? ਵੀ ਮੈਂ ਹਾਂਜੀ, ਸ਼ੁਕਰੀਆ। ਕਹਿੰਦੇ ਬਹੁਤ ਸੋਹਣੀ ਕਿਤਾਬ। ਉਹਨਾਂ ਜਦੋਂ ਮੇਰੇ ਨਾਲ ਫੋਟੋਆਂ ਖਿੱਚੀਆਂ, ਮੇਰੇ ਨਾਲ ਫੋਟੋਆਂ ਖਿੱਚਣ ਲੱਗੇ ਵੀ ਵੀਰੇ ਆਏ ਆਏ ਆ, ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ। ਮੈਂ ਚੱਲ ਖੱਟ ਲਿਆ ਕੁਛ ਨਾ ਕੁਛ ਤਾਂ ਕਿਤਾਬ ਲਿਖ ਕੇ। ਨਹੀਂ ਠੀਕ ਹੈ, ਤੇ ਘਰਦਿਆਂ ਨੇ ਵੇਖੀ ਕਿਤਾਬ ਪੜ੍ਹੀ ਕੀ? ਘਰਦਿਆਂ ਨੇ ਕਰਦੇ ਵਿੱਚ ਕਰਦੇ ਕਹਿੰਦੇ ਵਧੀਆ ਲੱਗਿਆ ਰਿਹਾ। ਅੱਛਾ, ਪਾਪਾ ਨੇ ਪੜ੍ਹੀ ਕਿਤਾਬ ਇਸ਼ਕ ਦੀ ਗੱਲ? ਪਾਪਾ ਨੇ ਪੜ੍ਹੀ, ਮੰਮਾ ਨੇ ਪੜ੍ਹੀ, ਦਾਦਾ ਨੇ ਪੜ੍ਹੀ, ਦਾਦੀ ਜੀ ਨੇ ਪੜ੍ਹੀ, ਸਾਰਿਆਂ ਨੇ। ਸਾਡੀ ਜੁਆਇੰਟ ਫੈਮਿਲੀ ਹੈ ਮੈਮ ਸਾਡੀ। ਅੱਛਾ, ਸਭ ਨੇ ਪੜ੍ਹੀ ਕਿਤਾਬ ਸਾਡੇ ਘਰ 'ਚੋਂ। ਫਿਰ ਤਾਂ ਬਹੁਤ ਵਧੀਆ ਨਾ, ਸਪੋਰਟ ਹੀ ਬਹੁਤ ਹੁੰਦੀ ਹੈ ਅੱਜ ਕੱਲ੍ਹ ਤਾਂ, ਕਿੱਥੇ ਜੁਆਇੰਟ ਪਰਿਵਾਰ ਮਿਲਦੇ ਨੇ ਹਨਾ। ਹਾਂਜੀ ਹਾਂਜੀ। ਤਾਂ ਕਿਵੇਂ ਦੇਖਦੇ ਹੋ ਅੱਜ ਦੇ ਸਮੇਂ ਦੇ ਵਿੱਚ ਕੀ ਕਰ ਰਹੇ ਨੌਜਵਾਨ? ਕਿਉਂਕਿ ਬਹੁਤ ਸਾਰੇ ਹੁਣ ਵੇਖਦੇ, ਜਿਵੇਂ ਪੰਜਾਬ ਪੁਲਿਸ ਹੈ, ਪੰਜਾਬ ਸਰਕਾਰ ਵੀ ਦੇਖਦੀ, ਕਿਉਂਕਿ ਕਈ ਤਾਂ ਦੇਖੋ ਵਿਦੇਸ਼ ਜਾ ਰਹੇ ਨੇ ਹਨਾ, ਰਿਐਲਿਟੀ ਅਤੇ ਕਈ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੇ ਹੋਏ ਨੇ। ਉਹਨਾਂ ਨੌਜਵਾਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ, ਉਹ ਜ਼ਿੰਦਗੀ ਜਿਹੜੀ ਖਰਾਬ ਕਰ ਰਹੇ ਨੇ? ਬਸ ਕਹਿਣਾ ਤਾਂ ਇਹ ਚਾਹੂੰਗਾ ਵੀ ਤੁਸੀਂ ਯਾਰ ਵੀ ਕੋਈ ਕੰਮ ਨਹੀਂ, ਫਾਇਦਾ ਨਹੀਂ ਕਿਸੇ ਚੀਜ਼ ਦਾ ਵੀ ਆਪਾਂ ਨਸ਼ਾ ਕਰਨਾ, ਬਾਹਰ ਜਾਣਾ। ਚਲੋ ਬਾਹਰ ਜਾਣਾ ਇੱਕ ਆਪਣੇ ਉਰੇ ਬਣਾਇਆ ਹੋਇਆ ਵੀ ਆਪਾਂ ਸਿੰਪਲ ਆਏ ਵੀ ਬਾਹਰ ਜਾਣਾ, ਕਿਉਂ ਜਾਂਦੇ ਹੋ? ਇੱਕ ਹੈਗਾ ਬਸ ਸਿਸਟਮ ਮਾੜਾ ਯਾਰ ਉਰੇ, ਉਹ ਸਰਕਾਰਾਂ ਕੁਛ ਨਹੀਂ ਕਰਦੀਆਂ, ਅਸੀਂ ਤਾਂ ਬਾਹਰ ਚੱਲੇ ਉੱਥੇ ਵੀ ਆ। ਉਹਨਾਂ ਨੂੰ ਬਸ ਇਹੀ ਕਹਿਣਾ ਚਾਹੁੰਦਾ ਬਈ ਸਰਕਾਰਾਂ ਦੇ ਹੱਥ 'ਚ ਕੁਛ ਨਹੀਂ ਗਾ, ਜੇ ਆਪਾਂ ਚਾਹੀਏ ਨਾ ਆਪਾਂ ਕੁਛ ਮਰਜ਼ੀ ਕਰ ਸਕਦੇ ਹਾਂ। ਇਹ ਮੈਂ ਇੱਕ ਚਲੋ ਸੁਣਾਉਂਦਾ ਵੀ ਜਿਹੜੀ ਨਵੀਂ ਕਿਤਾਬ ਹੈ ਉਹਦੇ ਵਿੱਚ ਇੱਕ ਛੋਟੀ ਕਵਿਤਾ ਲਿਖੀ ਹੈ। ਅੱਛਾ ਜੀ। ਮੁਸਕਰਾਓ, ਤੁਸੀਂ ਜਿੰਦਾ ਹੋ ਆਪਣੀ ਸੋਚ ਨਾਲ ਆਪਣੀ ਦੁਨੀਆ ਬਦਲਣ ਲਈ। ਬਸ ਵੀ ਤੁਸੀਂ ਕਿਉਂ ਆਪ ਜਿਉਂਦੇ ਹੋ, ਤੁਸੀਂ ਕੁਛ ਵੀ ਕਰ ਸਕਦੇ ਹੋ, ਤੁਹਾਡੇ ਕੋਲ ਦਿਮਾਗ ਦਿੱਤਾ ਮਨੁੱਖ ਨੇ, ਮਨੁੱਖੀ ਦਿਮਾਗ ਹੈ, ਬਹੁਤ ਤੇਜ਼ ਹੈ, ਕੁਛ ਮਰਜ਼ੀ ਕਰੋ। ਆਪਾਂ ਨੈਗੇਟਿਵ ਬਹੁਤ ਹੋ ਚੁੱਕੇ ਹਾਂ, ਤੁਸੀਂ ਅੱਜ ਸੋਸ਼ਲ ਮੀਡੀਆ ਖੋਲ੍ਹ ਕੇ ਦੇਖੋ ਕਿੰਨੀ ਨੈਗੇਟਿਵਿਟੀ ਫੈਲ ਰਹੀ ਹੈ। ਹਰ ਆਪਾਂ ਕਲਿੱਕ ਵੀ ਹਰ ਨੈਗੇਟਿਵ ਚੀਜ਼ 'ਤੇ ਕਰਦੇ ਹਾਂ। ਮਿਰਚ ਮਸਾਲੇ ਵਾਲੀ ਚੀਜ਼ਾਂ ਲੋਕ ਜ਼ਿਆਦਾ ਦੇਖਦੇ ਨੇ, ਮਤਲਬ ਚੰਗੀ ਚੀਜ਼ ਨੂੰ ਜ਼ਿਆਦਾ ਦੇਖਦੇ ਨਹੀਂ, ਐਪਰੀਸ਼ੀਏਟ ਵੀ ਨਹੀਂ ਕੀਤਾ ਜਾਂਦਾ। ਕੀ ਦੇਖਦੇ ਹੋ ਹਾਲਾਤ? ਮੈਮ ਇਹ ਤਾਂ ਮੈਂ ਵੀ ਆਂਸਰ ਲੱਭ ਰਿਹਾ ਇਹਦਾ ਵੀ, ਕਿਉਂਕਿ ਚੰਗੀਆਂ ਚੀਜ਼ਾਂ ਲੋਕ ਕਿਵੇਂ ਦੇਖਣ, ਕਿਉਂਕਿ ਕਿਤਾਬਾਂ ਦੀਆਂ ਸਟੋਰੀਆਂ ਦੇਖਦਾ ਹੁੰਦਾ। ਜਿਵੇਂ ਮੈਂ ਆਪਾਂ ਨੂੰ ਇੱਕ ਇੰਸਟਾਗ੍ਰਾਮ ਦਾ ਬੜਾ ਵਧੀਆ ਐਲਗੋਰੀਥਮ ਹੈ ਵੀ ਆਪਾਂ ਜਿਹੋ ਜਿਹੀ ਚੀਜ਼ ਸਰਚ ਕਰਦੇ ਹਾਂ ਆਪਾਂ ਨੂੰ ਆਟੋਮੈਟਿਕ ਪੋਸਟਾਂ ਰੀਲਾਂ ਆਪਾਂ ਨੂੰ ਉਹ ਚੀਜ਼ਾਂ ਉਹ ਚੀਜ਼ਾਂ ਹੀ ਆਪਣੇ ਮੂਹਰੇ ਹੁੰਦੀਆਂ ਹੈਗੀਆਂ। ਤਾਂ ਉਸ ਹਿਸਾਬ ਜਿਵੇਂ ਲੋਕ ਦੇਖਦੇ ਹੈਗੇ ਵੀ ਇੰਟਰਸਟ ਹੈ ਵੀ ਵਿਹਲੇ ਹੈ ਲੋਕ ਵਾਲੇ, ਵੀ ਉਹਨਾਂ ਨੂੰ ਆਏ ਆ ਵੀ ਅਸੀਂ ਇੰਸਟਾਗ੍ਰਾਮ ਜਾਂ ਸੋਸ਼ਲ ਮੀਡੀਆ ਤੋਂ ਆਏ ਕਰਕੇ ਸਟਾਰ ਬਣ ਜਾਂਗੇ ਤੇ ਐਂ ਹੋ ਜੂਗਾ, ਕੁਛ ਨਹੀਂ। ਕੋਈ ਵੀ ਬੰਦਾ ਉੱਠ ਕੇ ਖੜਾ ਹੋ ਜਾਂਦਾ ਜਿਹਨੂੰ ਕੁਛ ਪਤਾ ਵੀ ਨਹੀਂ ਹੈਗਾ, ਉਹੀ ਕਲਾਕਾਰ ਬਣ ਜਾ। ਤੁਸੀਂ ਵੇਖੇ ਹੋਗੇ, ਮੈਂ ਹੁਣ ਨਾਮ ਤਾਂ ਨਹੀਂ ਲੈਂਦੀ, ਕਈ ਹੈਗੇ ਨੇ ਜਿਹੜੇ ਤੇ ਐਕਟਿੰਗ ਵੀ ਫਿਰ ਉਹ ਆਪਣੇ ਨੌਜਵਾਨ ਕੀ ਕਰਦੇ, ਉਹਨਾਂ ਦੀ ਐਕਟਿੰਗ ਕਰ ਕਰਕੇ ਵੀਡੀਓ ਵੀ ਬਣਾਉਣ ਲੱਗ ਜਾਂਦੇ ਨੇ। ਮਤਲਬ ਵੀ ਕੀ ਦੇ ਕੀ ਰਹੇ ਹਾਂ ਅਸੀਂ, ਕੀ ਗਿਆਨ ਮਿਲ ਰਿਹਾ, ਕੁਛ ਟਾਈਮ ਦਾ ਐਂਟਰਟੇਨਮੈਂਟ ਹੋ ਰਿਹਾ, ਪਰ ਸਿੱਖ ਤਾਂ ਅਸੀਂ ਕੁਛ ਵੀ ਨਹੀਂ ਰਹੇ ਹੈਗੇ। ਮੈਮ ਜੋ ਮੈਂ ਪਹਿਲਾਂ ਵੀ ਇਹ ਗੱਲ ਕਹਿ ਕੇ ਹਟਿਆ ਵੀ ਲੈਕ ਆਫ ਨੌਲੇਜ ਹੈ, ਤੇ ਨੌਲੇਜ ਆਊ ਕਿਵੇਂ? ਆਪਾਂ ਪੜ੍ਹਾਂਗੇ, ਸਭ ਕੁਛ
ਦੁਨੀਆਂ ਦੇ ਹਰੇਕ ਮਸਲੇ ਦਾ ਹੱਲ ਹੈਗਾ ਜੇ ਤੁਸੀਂ ਪੜ੍ਹਦੇ ਹੋ। ਹਰੇਕ ਮਸਲੇ ਦਾ, ਕੋਈ ਮਰਜ਼ੀ ਮਸਲਾ ਹੋਵੇ, ਵੱਡੇ ਤੋਂ ਵੱਡਾ, ਛੋਟੇ ਤੋਂ ਛੋਟਾ, ਜੇ ਤੁਹਾਡੇ ਦਿਮਾਗ ਦੇ ਵਿੱਚ ਗਿਆਨ ਹੈ ਤੁਸੀਂ ਕੁਛ ਵੀ ਮਸਲੇ ਦਾ ਹੱਲ ਕਰ ਸਕਦੇ। ਕਹਿੰਦੇ ਕੋਈ ਵੀ ਜਦੋਂ ਮੁਸੀਬਤ ਆਉਂਦੀ ਆ ਤਾਂ ਆਪਣਾ ਹੱਲ ਨਾਲ ਹੀ ਲੈ ਕੇ ਆਉਂਦੀ, ਤੋੜ ਪਹਿਲਾਂ ਹੀ ਪਿਆ ਹੁੰਦਾ ਹਰ ਚੀਜ਼ ਦਾ ਨਾ। ਆਪਾਂ ਜਦੋਂ ਪਹਿਲਾਂ ਹੀ ਹਥਿਆਰ ਛੱਡ ਦਾਂਗੇ ਫਿਰ ਤਾਂ ਕੁਛ ਹੱਲ ਹੀ ਨਹੀਂ ਹੋਣਾ। ਉਹ ਤਾਂ ਫਿਰ ਆਪਾਂ ਭੱਜ ਰਹੇ ਹਾਂ ਨਾ ਉਹ ਕੰਮ ਕਰਨ ਤੋਂ, ਵੀ ਇਹ ਚੀਜ਼ ਹੋ ਨਹੀਂ ਸਕਦੀ, ਇਹ ਤਾਂ ਕੁਛ ਵੀ ਮੁਸ਼ਕਿਲ ਨਹੀਂ ਹੈਗਾ, ਕੁਛ ਕਰ ਨਹੀਂ ਸਕਦੇ ਹੈ ਨਾ। ਤੁਸੀਂ ਦੇਖੋ, ਤੁਸੀਂ ਵੀ ਇੱਕ ਨੌਜਵਾਨ ਹੈਗੇ ਹੋਗੇ, ਬਹੁਤ ਸਾਰੇ ਨੌਜਵਾਨ ਤੁਹਾਡੇ ਵਰਗੇ, ਤੁਸੀਂ ਅੱਜ ਕਿੱਥੇ ਬੈਠੇ ਹੋ, ਥੋੜੀ ਕਿਤਾਬਾਂ ਲੋਕ ਪੜ੍ਹਦੇ ਨੇ, ਕਿੰਨਾ ਵਧੀਆ ਲੱਗਦਾ ਹੈ ਨਾ। ਤਾਂ ਇੱਕ ਹੋਰ ਨੌਜਵਾਨਾਂ ਦੇ ਲਈ ਪ੍ਰੇਰਨਾ ਵੀ ਹੁੰਦੀ ਹੈ, ਨਵੇਂ ਨੌਜਵਾਨਾਂ ਨੂੰ ਤੁਸੀਂ ਆਪਣੇ ਨਾਲ ਜੋੜਦੇ ਹੋ, ਉਹ ਵੀ ਚੀਜ਼ਾਂ ਚੰਗੀਆਂ ਨੇਗੀਆਂ। ਤਾਂ ਇਸ਼ਕ ਵਾਸਤੇ ਵੀ ਕੁਛ ਲਾਈਨ ਆ ਤੁਸੀਂ ਇਹ ਵੀ ਲਿਖੇ, ਇਹਦੇ ਵਿੱਚ ਇਹ ਵੀ ਬਹੁਤ ਚੰਗੀ ਗੱਲ ਸੀਗੀ ਕਿ ਜਿਵੇਂ ਕਹਿੰਦੇ ਵੀ ਆਪਣੇ ਆਪ ਲਈ ਜਿਉਣਾ ਸਿੱਖੋ। ਮੈਂ ਰੀਲ ਵੀ ਬਣਾਈ ਸੀ ਉਹਦੇ ਉੱਪਰ, ਸ਼ੇਅਰ ਵੀ ਕੀਤੀ ਹੈ। ਹਾਂ, ਮੈਂ ਸ਼ੇਅਰ ਵੀ ਕੀਤੀ ਹੈ ਤੇ ਧੰਨਵਾਦ ਤੁਹਾਡਾ, ਵਧੀਆ ਲੱਗਿਆ ਮੈਨੂੰ। ਤਾਂ ਉਹ ਬਹੁਤ ਸੋਹਣੀ ਲਾਈਨ ਸੀਗੀ ਹੈ ਨਾ, ਵੀ ਤੁਸੀਂ ਕਿਸੇ ਪਿੱਛੇ ਕਿਸੇ ਨਾਲ ਮਰਨਾ ਚੰਗਾ ਹੈ ਨਾ, ਵੀ ਕੋਈ ਬੰਦਾ ਜਿਹੜਾ ਸੀ ਵੀ ਪੱਥਰਾਂ ਨੂੰ ਰੱਖ ਕੇ ਪਾਸੇ, ਖੁਦ ਚੋਂ ਰੱਬ ਧਿਆਉਣਾ ਸਿੱਖੋ, ਦਿਲ ਤੇ ਲੱਗੇ ਫੱਟਾਂ ਨੂੰ ਆਪਣੇ ਆਪ ਹੀ ਸਿਉਣਾ ਸਿੱਖੋ, ਇਸ਼ਕ ਦੇ ਪੈਂਡੇ ਘੁੱਟ ਸਬਰ ਦਾ ਰੀਝਾਂ ਨਾਲ ਪਿਆਉਣਾ ਸਿੱਖੋ, ਪਟ ਗਲਤ ਸੰਗਤੇ ਭਟਕੇ ਦਿਲ ਨੂੰ ਸਿੱਧੇ ਰਾਹੀਂ ਲਿਆਉਣਾ ਸਿੱਖੋ, ਕਿਸੇ ਹੋਰ ਲਈ ਮਰਨ ਤੋਂ ਚੰਗਾ ਖੁਦ ਲਈ ਜਿਉਣਾ ਸਿੱਖ। ਵੀ ਆਪਾਂ ਨੂੰ ਹੁੰਦਾ ਵੀ ਆਪਾਂ ਕਹਿੰਦੇ ਨਾ ਵੀ ਇਸ਼ਕ ਦੇ ਵਿੱਚ ਆਪਾਂ ਦੇਖਦੇ ਹਾਂ ਸੁਸਾਈਡ ਕਰ ਜਾਂਦੇ ਆ ਕੁਛ ਕੁ, ਵੀ ਯਾਰ ਉਹ ਮੈਨੂੰ ਛੱਡ ਗਈ, ਉਹ ਮੈਨੂੰ ਛੱਡ ਗਿਆ, ਜਾਂ ਘਰਦੇ ਨਹੀਂ ਮੰਨਿਆ ਐਂ ਕਰਕੇ, ਰਾਈਟ ਹੈ ਵੀ ਇਹੋ ਜਿਹੀ ਨੌਬਤ ਹੀ ਨਾ ਆਉਣ ਦਿਉ ਸੁਸਾਈਡ ਕਰਨ ਦੀ। ਤੂੰ ਕਿ ਜਿਹਦੇ ਲਈ ਮਰ ਰਿਹਾ ਹੈਗਾ, ਚਾਹੇ ਮੁੰਡਾ ਚਾਹੇ ਕੁੜੀ ਹੈ, 10 ਦਿਨਾਂ ਨੂੰ ਉਹਨੇ ਭੁੱਲ ਜਾਣਾ, ਅਤੇ ਜਿਹੜੀ ਤੇਰੀ ਮਾਂ ਪਿਓ ਬੈਠੇ ਹੈ ਉਹਨਾਂ ਦਾ ਕੀ ਹੋਊਗਾ? ਵੀ ਉਹ ਆਪਦੇ ਕਰਕੇ ਨਹੀਂ ਜਿਉਣਾ, ਕਮ ਸੇ ਕਮ ਉਹਨਾਂ ਕਰਕੇ ਤਾਂ ਜਿਉਣਾ। ਜਿਵੇਂ ਆਪਾਂ ਕਹਿੰਦੇ ਹਾਂ ਕਈ ਇੱਕ ਬੰਦੇ ਹੁੰਦੇ ਵੀ ਸਾਈਕੀ ਹੈ ਯਾਰ, ਵੀ ਮੈਂ ਯਾਰ ਦੇਖਣ 'ਚ ਸੋਹਣਾ ਨਹੀਂ, ਆਏ ਨਹੀਂ ਕਰਕੇ, ਵੀ ਕੁਛ ਹੋਰ ਹੈ, ਵੀ ਮੈਨੂੰ ਤਾਂ ਕਰਕੇ ਨਹੀਂ ਲੋਕ ਪਸੰਦ ਕਰਦੇ। ਉਹਨਾਂ ਵਾਸਤੇ ਇੱਕ ਲਿਖੀ ਸੀ ਇਹਦੇ ਵਿੱਚ ਵੀ ਨਜ਼ਰਾਂ ਨਜ਼ਰਾਂ ਦਾ ਫਰਕ ਹੈ ਜਨਾਬ, ਤੁਹਾਨੂੰ ਬਦਸੂਰਤ ਲੱਗਣ ਵਾਲਾ ਆਪਣੀ ਮਾਂ ਦੀ ਅੱਖ ਦਾ ਤਾਰਾ ਹੈ। ਕਿਆ ਬਾਤ ਹੈ, ਮਾਂ ਬਾਪ ਲਈ ਹਰ ਕੋਈ ਪਿਆਰਾ ਹੈ। ਹਾਂ, ਵੀ ਉਹਨਾਂ ਵਾਸਤੇ ਜਿਉਂ ਯਾਰ ਤੁਸੀਂ, ਵੀ ਆਪਾਂ ਦੇਖਿਆ ਕਾਫੀ ਦੇਖਦੇ ਹਾਂ ਜੀ, ਇਹ ਮੇਰੀ ਵੀ ਉਮਰ ਹੋ ਗਈ ਹੁਣ 24-25 ਸਾਲ ਦੀ, ਚਲੋ ਕਾਫੀ ਮੈਂ ਦੇ ਯਾਰ ਦੋਸਤ ਵੀ ਦੇਖਿਆ ਜਿਹੜੇ ਕੁੜੀ ਪਿੱਛੇ ਸੁਸਾਈਡ ਕਰ ਗਏ, ਜਾਂ ਕਿਸੇ ਥੋੜ੍ਹੀ ਜਿਹੀ ਕੋਈ ਵੀ ਹੋਰ ਪ੍ਰੋਬਲਮ ਆ ਗਈ ਸੁਸਾਈਡ ਕਰ ਗਏ, ਉਹਨਾਂ ਵਾਸਤੇ ਲਿਖੇ ਸੀ ਵੀ ਕਿਉਂ ਯਾਰ ਕਿਸੇ ਹੋਰ ਲਈ ਮਰਨ ਤੋਂ ਚੰਗਾ ਆਪਦੇ ਲਈ ਜਿਉਣਾ ਸਿੱਖੋ। ਆਪਦੇ, ਤੁਹਾਨੂੰ ਪਤਾ ਵੀ ਇਹੋ ਜਿਹੀ ਕੋਈ ਮੁਸੀਬਤ ਨਹੀਂ ਜਿਹਦਾ ਹੱਲ ਨਾ ਹੋਵੇ। ਬਹੁਤ ਸਾਰੇ ਮੁੰਡਿਆਂ ਨਾਲ ਇੱਦਾਂ ਹੋਇਆ ਵੀ ਜਿਵੇਂ ਕੁੜੀਆਂ ਬਾਹਰ ਭੱਗ ਗਈਆਂ, ਤੁਸੀਂ ਵੀ ਖਬਰਾਂ ਸੁਣਦੇ ਹੋ ਪਿੱਛੇ ਡਿਪਰੈਸ਼ਨ 'ਚ ਆ ਕੇ ਸੁਸਾਈਡ ਕਰ ਲਿਆ, ਮਤਲਬ ਇਹ ਤਾਂ ਕੋਈ ਹੱਲ ਨਹੀਂ ਨਾ, ਮੌਤ ਕਿਸੇ ਮਸਲੇ ਦਾ ਹੱਲ ਨਹੀਂ। ਤੇ ਕਿਵੇਂ ਲੱਗਦਾ ਹੁਣ ਅੱਗੇ ਦਾ ਕੀ ਸੋਚਿਆ ਤੁਸੀਂ, ਤੇ ਕਿੱਦਾਂ ਕੀ ਪਲਾਨਸ ਨੇਗੇ ਅੱਗੇ ਦੇ? ਪਲਾਨਸ ਤਾਂ ਕਾਫੀ, ਮੈਂ ਵੀ ਹੁਣ ਆਇਆ ਵੀ ਪਹਿਲਾਂ ਤਾਂ ਇੱਕ ਚੱਲੀ ਜਾਂਦਾ ਵੀ ਮੇਰੀ ਜਿਹੜੀ ਕਿਤਾਬ ਹੈ, ਕਿਤਾਬ ਚੱਲ ਪਏ ਵਧੀਆ, ਇਹ ਤਾਂ ਬਹੁਤ ਸੋਹਣੀ ਚੱਲ ਰਹੀ ਹੈ, ਹਜੇ ਹੋਰ ਚੱਲ ਪਏ, ਹੋਰ ਚੱਲ ਪਏ, ਤੇ ਉਹ ਤੋਂ ਬਾਅਦ ਕਿਤਾਬਾਂ ਦੇਖਾਂਗੇ ਆਪਾਂ ਹੋਰ ਵਧੀਆ ਕਰਾਂਗੇ। ਅੱਛਾ, ਮੇਰਾ ਹੁਣ ਮਨ ਹੈ ਇਸ ਤੋਂ ਬਾਅਦ ਕੋਈ ਨਾਵਲ ਕਰਾਂ। ਅੱਛਾ, ਮਤਲਬ ਇੱਕ ਬੰਦੇ ਦਾ ਹੁੰਦਾ ਨਾ ਵੀ ਸਪੈਸੀਫਿਕ ਡ੍ਰੀਮ ਹੁੰਦਾ ਹੈਗਾ ਵੀ ਮੈਂ ਇਹ ਚੀਜ਼ ਕਰਨੀ ਹੈ, ਕਿ ਸੁਪਨੇ ਆਪਾਂ ਕਰਦੇ ਰਹੀਏ ਤਾਂ ਬੰਦੇ ਦੀ ਗਰੋਥ ਜਿਹੜੀ ਹੈਗੀ ਹੈ ਅੱਗੇ ਹੁੰਦੀ ਵੱਧਦੀ ਰਹਿੰਦੀ, ਜੇ ਸੁਪਨਾ ਨਾ ਹੋਊਗਾ ਤਾਂ ਫਿਰ ਆਪਾਂ ਅੱਗੇ ਕੀ ਕਰਾਂਗੇ? ਬਸ ਇੱਕ ਤਰ੍ਹਾਂ ਸੁਪਨਾ ਹੀ ਹੈ, ਮੈਨੂੰ ਐਂ ਚਾਹੁੰਦਾ ਵੀ ਕੋਈ ਵੀ ਬੰਦਾ ਜਿਹੜਾ ਕਿਤਾਬ ਪੜ੍ਹਨ ਦਾ ਸ਼ੌਂਕੀ ਹੈ, ਉਹ ਐਂ ਕਵੀ ਮੈਂ ਚੰਮ ਦੀ ਕਿਤਾਬ ਪੜ੍ਹੀ ਹੋਈ ਹੈ ਬਸ। ਕਿਆ ਬਾਤ, ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ, ਬਹੁਤ ਬਹੁਤ ਧੰਨਵਾਦ ਤੁਸੀਂ ਸਟੂਡੀਓ ਦੇ ਵਿੱਚ ਸਾਡੇ ਨਾਲ ਰੂਬਰੂ ਹੋਏ ਹੋ। ਸਤਿ ਸ਼੍ਰੀ ਅਕਾਲ।